जद इसने साडी उत्थे लंगर हाल दे विच जाके देखिया उत्थे सब धर्मां दे लोक सेवा करते ने, इकट्ठे बैठ के लंगर छकते ने। ऐसी बरकत है गुरु साहब के लंगर दे विच के सिखां तों वध उत्थे हिंदू वीर सेवा करते हैं। जे कोई दो चार जने पिंडियां दे लोक वापस आ जाते हैं तां उहदा मतलब यह नहीं कि उन्हां दी कणक सरकारी मंडियां च चक्की जाऊगी ते बाकियां दी नहीं चक्की जाऊगी। चक्का जाम लगाया कि 12 to 4 वास्ते पीसफुल प्रोटेस्ट कर रहे तो पुलिस वालों अपने पूरे सुरक्षा के प्रबंध किए गए भी किसी तरह की कोई प्रॉब्लम नहीं। एक अपने किन्ने तो किन्ने बजे तक है सर? ये 12 to 4 तक इन्हें कॉल है। बाकी शांतमय ढंग हो रहा है? हाँ जी, शांतमय ढंग प्रबंधक ने दसिया भी अभी 4 तक असं खत्म करना। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪ੍ਰਧਾਨ ਗਰੀਬ ਨਿਵਾਸ ਸੰਸਥਾ ਦੇ ਬਾਜਵਾ ਸਾਹਿਬ, ਅਸਾਂ ਕਿਸਾਨਾਂ ਦੇ ਨਾਲ ਅੱਜ 3 ਮਹੀਨੇ ਚੱਲਦੇ ਦਿੱਲੀ ਹੋ ਚੱਲੇ ਆਪਣੇ, ਇਹਨਾਂ ਦੇ ਨਾਲ ਆਪਣੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਆ। ਸ਼ੰਭੂ ਬਾਰਡਰ 'ਤੇ ਵੀ ਪਹੁੰਚਦੇ ਰਹੇ ਆਪਣੇ, ਦਿੱਲੀ ਵੀ ਜਾ ਕੇ ਆਏ ਜੀ, ਇੱਥੇ ਵੀ ਜਾਣੀ ਕਿ ਆਪਣੇ ਚੰਡੀਗੜ੍ਹ ਰੋਜ਼ ਸ਼ਾਮਾਂ ਨੂੰ 6:30 to 8 ਤੱਕ ਇੱਥੇ ਰੋਕੀਦਾ ਜੀ। ਅੱਜ ਟ੍ਰੇਨਾਂ ਰੋਕਣ ਦਾ ਸੀ ਆਪਣੇ ਚੱਕਾ ਜਾਮ, ਇੱਥੇ ਵੀ ਪਹੁੰਚੇ ਆਪਣੇ ਆਪਣੇ ਸਾਰੇ ਸੰਗਤ ਦੇ ਨਾਲ ਸੰਯੋਗ ਦੇ ਰਹੇ ਆਪਣੇ ਹਰ ਪਰਿਵਾਰ ਘਰ ਦੇ ਮੈਂਬਰ ਨੂੰ, ਇੱਕ ਮੈਂਬਰ ਹਰ ਆਪਣੇ ਪਰਿਵਾਰ ਨੂੰ ਜਾਣਾ ਚਾਹੀਦਾ ਆਪਣੇ ਆਪਣੇ ਕਿਸਾਨਾਂ ਦਾ। ਇਹ ਵੱਧ ਚੜ੍ਹ ਕੇ ਜਾਣੀ ਕਿ ਸਾਥ ਦੇਈਏ। ਮੋਦੀ ਜਾਣੀ ਕਿ ਆਪਣੇ ਜਦੋਂ ਪ੍ਰਧਾਨ ਮੰਤਰੀ ਬਣਿਆ ਸੀ ਆਪਣੇ ਉੱਥੇ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਗਏ ਸੀ, ਉਦੋਂ ਕਿੰਨਾ ਜ਼ਿਆਦਾ ਮਾਣ ਸਤਿਕਾਰ ਕੀਤਾ ਵੀ ਹਾਂ ਇਹਨੂੰ ਪਗੜੀ ਬਣਾਈ ਆਪਣੇ ਸਤਿਕਾਰ ਕੀਤਾ ਸਰੋਪਾ ਪਾ ਕੇ। ਇਹਨੇ ਕੁਛ ਨਹੀਂ ਸੋਚਿਆ ਕਿਸਾਨਾਂ ਬਾਰੇ, ਇਹਨੂੰ ਰਾਸ ਨਹੀਂ ਆਇਆ ਆਪਣੇ ਜੀ। ਹੁਣ ਬਿਲਕੁਲ ਸਿਖਰਾਂ ਦਾ ਪਹੁੰਚਿਆ ਪਿਆ ਕੰਮ, ਸਾਰੇ ਮੇਰੇ ਵੀਰ ਹੁੰਮ ਹੁਮਾ ਕੇ ਪਹੁੰਚਣ। ਬਾਕੀ ਬਾਹਰੋਂ ਮੇਰੇ ਵੀਰ ਕੁਲਵੰਤ ਸਿੰਘ ਜੀ ਬਾਜਵਾ, ਬਾਕੀ ਦੂਜੇ ਇੰਟਰਮਾਸ ਕੰਪਨੀ ਆਸਟ੍ਰੇਲੀਆ ਤੋਂ, ਸਿੰਗਾਪੁਰ ਤੋਂ, ਦੁਬਈ ਤੋਂ, ਸਾਰੇ ਮੇਰੇ ਵੀਰ ਨਾਲ ਸੰਯੋਗ ਦੇ ਰਹੇ ਨੇ। ਇੱਦਾਂ ਮੇਰੇ ਵੀਰ ਆਪਣੇ ਸੰਯੋਗ ਦਿੰਦੇ ਰਹਿਣ, ਅਸਾਂ ਸੇਵਾ ਨਿਭਾਈਏ, ਇਹਨਾਂ ਦਾ ਕਿਸਾਨਾਂ ਦਾ ਸਾਥ ਦੇਈਏ, ਵੱਧ ਚੜ੍ਹ ਕੇ ਜਾਣ ਕੇ ਆਪਣੇ ਹਿੱਸਾ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।